ਕਾਰਨ ਕੀ ਲੱਗਦੇ ਨੇ ਵੀ ਪੁਲਿਸ ਕਾਰ ਵੀ ਕਿਉਂ ਨਹੀਂ ਕਰਦਾ ਕਿਉਂਕਿ ਜਦੋਂ ਕੋਈ ਪੀੜਤ ਜਾਂਦਾ ਥਾਣੇ ਦੇ ਵਿੱਚ ਤਾਂ ਤਕਰੀਬਨ ਪੁਲਿਸ ਦਾ ਵੀ ਇਹ ਫਰਜ ਬਣਦਾ ਕਿ ਉਹਨਾਂ ਦੀ ਜਿਹੜੀ ਸੁਣਵਾਈ ਕੀਤੀ ਜਾਵੇ ਪਰ ਥੋੜੇ ਨਾਲ ਇਦਾਂ ਬਿਤਕਰਾ ਕਿਉਂ ਕੀਤਾ ਜਾਂਦਾ ਤੇ ਫਿਰ ਕਿ ਕੋਈ ਕੱਲਾ ਵਾਂ ਮੈਂ ਹੋਰ ਕੋਈ ਮੇਰੇ ਨਾਲ ਸਪੋਰਟ ਨਹੀਂ ਨਾ ਰਿਸ਼ਤੇਦਾਰਾਂ ਦੀ ਆ ਸਾਡਾ ਅਸ ਕਮਾਂਡਾ ਵਿਚਾਰਾ ਹੈ ਦੇਖਦਾ ਵਾ ਤੇ ਹਾਲਾਤ ਕਰਦੇ ਤੇ ਮਦਦ ਕਰ ਦਿੰਦਾ ਰੈਂਟ ਤੇ ਘਰ ਆ ਮੇਰਾ 5000 ਰੁਪਏ ਰੈਂਟ ਦੇ ਨਾ ਦੋ ਦਿਨਾਂ ਦੋ ਮਹੀਨੇ ਤਾਂ ਹੋਇਆ ਪਿਆ ਮੈਨੂੰ ਪਤਾ ਮੈਂ 25 ਤਰੀਕ ਨੂੰ ਕਿਉਂ ਜਨਾ ਦੋ ਵਾਰ ਮਰਨ ਦੀ ਵੀ ਕੋਸ਼ਿਸ਼ ਕੀਤੀ ਵੀ ਮੇਰੇ ਤੋਂ ਨਹੀਂ ਸੰਭਾਇਆ ਫਿਰ ਮੈਨੂੰ ਹਸਪੀਟਲ ਚੱਕ ਕੇ ਲੈ ਜਾਂਦਾ ਨਾਲ ਦੇ ਅਸਗਵੰਡ ਮੈਨੂੰ ਬਚਾਇਆ ਜਾਂਦਾ ਕਿਉਂ ਮੈਨੂੰ ਵੀਰੇ ਬਰਦਾਸ਼ਤ ਨਹੀਂ ਹੋ ਰਿਹਾ ਅਸੀਂ ਤਾਂ ਇੰਨੀ ਦੇ ਤਿੰਨ ਮਹੀਨੇ ਹੋ ਗਏ ਇੱਥੇ ਆਈ ਨੋ ਕਮਿਸ਼ਨਰ ਰੱਤ ਤੋਂ ਉਹ ਵੀ ਨਹੀਂ ਕਾਰਵਾਈ ਕਰਦੇ ਵੀ ਕੁਝ ਨਹੀਂ ਮਤਲਬ ਇਹ ਕਹੇ ਆ ਵੀ ਮਿਹਨਤ ਗਰੀਬ ਬੰਦੇ ਆ ਤਾਂ ਕਰਕੇ ਜਾਂ ਉਹਨਾਂ ਕੋਲ ਪਾਵਰ ਆ ਵੀਰੇ ਤਾਂ ਕਰਕੇ ਸਾਡੇ ਕੋਲ ਪੈਸਾ ਨਹੀਂ ਜੇ ਸਾਡੇ ਕੋਲ ਪੈਸਾ ਹੁੰਦਾ ਸ਼ਹਿਰ ਨੂੰ ਹੁਣ ਨੂੰ ਸਾਡੀ ਕਦੇ ਭੈਣ ਬੈਠੀ ਹੁੰਦੀ ਉੱਤੇ ਸਾਡੇ ਕੋਲ ਪੈਸਾ ਨਹੀਂ ਇਸ ਕਰਕੇ ਕਹਿੰਦੀ ਮੈਂ ਪੁਲਿਸ ਵਾਲਾ ਨੂੰ ਫੋਨ ਕਰਦੀ ਆਂ ਕਪੂਲ ਸਾਲ ਨੂੰ ਫੋਨ ਕਰਦੀ ਆ ਮੈਂ ਮੇਰੀ ਮੰਮੀ ਤੋਂ ਕਰਾਨੇ ਵੀ ਨਹੀਂ ਮਾਂ ਨਹੀਂ ਠੀਕ ਮੈਨੂੰ ਮੈਨੂੰ ਪੈਸਾ ਨਹੀਂ ਚਾਹੀਦਾ ਮੇਰੇ ਕੋ ਖਾਨ ਨੂੰ ਨਹੀਂ ਆਇਆ ਮੇਰੇ ਕੱਲਾ ਭਰਾ ਚ ਲਾ ਰਿਆ ਬਈ ਮੇਰੇ ਮੁੰਡਾ ਮੈਨੂੰ ਤਾਂ ਦਿੱਤਾ ਜਾਵੇ ਮਲਾਇਆ ਜਾਵੇ ਕੁਛ ਨਹੀਂ ਉੱਤੋਂ ਦੀ ਬਸ ਇਦਾਂ ਦੇ ਹਾਲਾਤ ਹੋਏ ਪਏ ਨੇ ਤੇ ਸਾਨੂੰ ਡਰ ਲੱਗਦਾ ਵੀ ਕਿਤੇ ਕੁਛ ਇਹਨੂੰ ਹੋ ਨਾ ਜਾਵੇ ਜੇ ਇਦਾਂ ਤੇ ਵੀ ਰੋਂਦੀ ਰਹਿੰਦੀ ਸਾਰੀ ਸਾਰੀ ਰਾਤ ਆ 20 ਰੁਪਏ ਤੇ 10 5 ਰੁਪਏ ਦਾ ਛੋਲ ਆ 5 ਘੰਟੇ ਲੱਗ ਜਾਂਦੇ ਕਰਨ ਨੂੰ ਉਹਦੇ ਹਿਸਾਬ ਨਾਲ ਮਾੜਾ ਮੁੱਟ ਕਹਿੰਦੀ ਮੈਂ ਆਪਣੇ ਭਰਾ ਨੂੰ ਹੰਦਾ ਲਾਉਂਗੀ ਸਾਸੀ ਕਾਲ ਜੀ ਮੈਂ ਹਾਂ ਨਿਰਸਥੇ ਤੁਸੀਂ ਦੇਖ ਰਹੇ ਹੋ ਨਿਰਪਕ ਪੋਸਟ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ 2 ਮਹੀਨੇ ਪਹਿਲਾਂ ਇੱਕ ਖਬਰ ਨਸ਼ਰ ਕੀਤੀ ਸੀ ਆਪਣੇ ਨਿਰਪਕ ਪੋਸਟ ਚੈਨਲ ਤੇ ਕਿ ਇੱਕ ਪਰਿਵਾਰ ਵੱਲੋਂ ਇੱਕ ਲੜਕੀ ਵੱਲੋਂ ਤੇ ਉਹਦੇ ਬ੍ਰਦਰ ਅਤੇ ਉਹਦੇ ਮਾਤਾ ਦੇ ਵੱਲੋਂ ਥਾਣਾ ਮਰਾਡੋ ਚੌਂਕੀ ਦੇ ਬਾਹਰ ਸੋਰੀ ਚੌਂਕੀ ਮਰਾਡੋ ਦੇ ਬਾਹਰ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਆਪਣੇ ਸੋਹਰੇ ਪਰਿਵਾਰ ਨੂੰ ਲੈ ਕੇ ਉਹ ਲੜਕੀ ਜੋ ਕਿ ਜਿਹਨੇ ਜਿਹਦੇ ਵੱਲੋਂ ਇਹ ਧਰਨਾ ਲਾਇਆ ਗਿਆ ਸੀ ਉਹ ਨਾ ਬੋਲ ਸਕਦੀ ਸੀ ਤੇ ਨਾਲ ਸੁਣ ਸਕਦੀ ਸੀ ਲੋਕਾਂ ਨੇ ਉਦੋਂ ਵੀ ਬੜੇ ਕਮੈਂਟ ਕੀਤੇ ਕਿ ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਪੁਲਿਸ ਨੂੰ ਵੀ ਪਰ ਮੌਕੇ ਤੇ ਜਦੋਂ ਧਰਨਾ ਲੱਗਿਆ ਤੇ মিডিਆ ਸਾਰਾ ਉੱਥੇ ਪਹੁੰਚਿਆ ਤਾਂ ਪੁਲਿਸ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਮਰਾਡੋ ਚੌਂਕੀ ਦੇ ਨਾਲ ਤਾਂ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਇਸ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਜਾਊਗੀ ਮਦਦ ਦੇ ਨਾਤੇ ਉਦੋਂ ਇਹਨਾਂ ਨੂੰ ਟਾਲ ਜ਼ਰੂਰ ਦਿੱਤਾ ਗਿਆ ਪਰ ਅ ਅੱਜ 2 ਮਹੀਨੇ ਦਾ ਬਕਵਾਹ ਹੋ ਚੁੱਕਿਆ ਤੇ ਜਿਸ ਤੋਂ ਬਾਅਦ ਕੀ ਹਲੇ ਤੱਕ ਨਾ ਤਾਂ ਪੁਲਿਸ ਨੇ ਕੋਈ ਐਫ ਆਈ ਆਰ ਦਰਜ ਕੀਤੀ ਤੇ ਨਾ ਹੀ ਇਹਨਾਂ ਦੀ ਕੋਈ ਸੁਣਵਾਈ ਕੀਤੀ ਸੋ ਇਹ ਪਰਿਵਾਰ ਹਲੇ ਵੀ ੱੱਕੇ ਖਾਣ ਨੂੰ ਮਜਬੂਰ ਹੋਇਆ ਹੋਇਆ ਸੋ ਅੱਜ ਅਸੀਂ ਇਹਨਾਂ ਦੇ ਘਰ ਪਹੁੰਚੇ ਆ ਸੋ ਗੱਲਬਾਤ ਕਰਾਂਗੇ ਤੇ ਤੁਹਾਨੂੰ ਇੱਕ ਪਰਿਵਾਰ ਦੇ ਹਾਲਾਤ ਦਿਖਾਵਾਂਗੇ ਤੁਸੀਂ ਇਹ ਉਹ ਘਰ ਦੇਖ ਸਕਦੇ ਹੋ ਅ ਮੇਰੇ ਪਿੱਛੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇਹ ਘਰ ਦਿਖਾ ਦੇ ਨਾ ਕਿਉਂਕਿ ਇਹ ਘਰ ਜਿੱਥੇ ਰਹਿ ਰਹੇ ਨੇ तकरीबन ਰੈਂਟ ਤੇ ਘਰ ਆ ਇਹ ਜਿਹਦਾ ਕੀ 5000 ਰੁਪਿਆ ਰੈਂਟ ਹੈ ਬੜੀ ਹੀ ਮੁਸ਼ਕਲ ਦੇਣਾ ਪੇ ਕਰਦੇ ਨੇ ਜੋ ਕਿ ਮਹੱਲੇ ਮਹੱਲੇ ਦੇ ਜੋ ਲੋਕ ਨੇ ਉਹ ਵੀ ਇਹਨਾਂ ਦੀ ਮਦਦ ਕਰ ਦਿੰਦੇ ਨੇ ਜੋ ਲੜਕੀ ਦਾ ਬ੍ਰਦਰ ਆ ਉਹਦੇ ਵੱਲੋਂ ਆਟੋ ਚਲਾਇਆ ਜਾਂਦਾ ਤੇ ਘਰ ਦਾ ਜਿਹੜਾ ਮੁਸ਼ਕਲ ਗੁਜ਼ਾਰਾ ਬੜੀ ਮੁਸ਼ਕਲਾਂ ਹੁੰਦਾ ਇੱਕ ਪਾਸੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲਾਂ ਨਾਲ ਹੋ ਰਿਹਾ ਤੇ ਦੂਜੇ ਪਾਸੇ ਭਰਾ ਭੈਣ ਦੇ ਸਹੁਰਿਆਂ ਦੇ ਪਰਿਵਾਰ ਵੱਲੋਂ ਦੁਖੀ ਆ ਜਿੱਥੇ ਕੀ ਭੈਣ ਨੂੰ ਵਿਆਹ ਕੇ ਸੁਖਲ ਮਿਲਣ ਦੀ ਉਹਨੇ ਆਸ ਰੱਖੀ ਸੀ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹਦੇ ਹਿੱਸੇ ਦੇ ਵਿੱਚ ਦੁੱਖ ਹੀ ਆਇਆ ਸੋ ਅੱਜ ਉਹ ਭੈਣ ਘਰੇ ਬੈਠੀ ਆ ਘਰੇ ਤਾਂ ਬੈਠੀ ਆ ਪਰ ਆਪਣੀ ਮਿਹਨਤ ਮਜ਼ਦੂਰੀ ਵੀ ਨਾਲ ਕਰਦੀ ਆ ਸ਼ਾਲ ਬੁੰਦੀ ਆ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਕੰਮ ਕਰਦੀ ਆ ਘਰ ਦੇ ਵਿੱਚ ਤਾਂ ਜੋ ਕੀ ਘਰ ਦਾ ਜਿਹੜਾ ਗੁਜ਼ਾਰਾ ਵਾ ਪਰਿਵਾਰ ਦੇ ਨਾਲ ਰਲ ਕੇ ਕਰ ਸਕੇ ਸੋ ਸਾਰੇ ਪਰਿਵਾਰ ਦੇ ਵੱਲੋਂ ਵੀ ਮੁੜ ਕੇ ਉਹਨਾਂ ਦੀ ਕੋਈ ਸਾਰ ਨਹੀਂ ਦਿੱਤੀ ਗਈ ਸੁਣਨ ਦੇ ਵਿੱਚ ਆਇਆ ਕਿ ਸੋਹਰਾ ਪਰਿਵਾਰ ਆ ਜਿਹੜਾ ਕਿਤੇ ਨਾ ਕਿਤੇ ਇੱਕ ਅਪਰੋਚ ਪਾਵਰ ਉਤੇ ਪੈਸਾ ਰੱਖਦਾ ਕੋਲੇ ਜਿਹਦੇ ਕਰਕੇ ਕੀ ਇਹਨਾਂ ਦੀ ਕਿਤੇ ਵੀ ਸੁਣਵਾਈ ਜਿਹੜੀ ਆ ਨਹੀਂ ਹੋ ਰਹੀ ਉਹ ਆਪਣੇ ਪੈਸੇ ਦੇ ਦੌਰ ਤੇ ਜਾਂ ਆਪਣੀ ਪਾਵਰ ਦੇ ਜ਼ੋਰ ਤੇ ਇਹਨਾਂ ਦੀ ਨਾ ਸੁਣਵਾਈ ਹੋਣ ਦਿੰਦਾ ਤੇ ਨਾ ਹੀ ਜਿਹੜਾ ਇਹਨਾਂ ਦਾ ਬਣਦਾ ਹੱਕ ਆ ਉਹ ਇਹਨਾਂ ਨੂੰ ਦਿੱਤਾ ਜਾਂਦਾ ਕੁੜੀ ਅੱਜ ਵੀ ਘਰ ਬੈਠੀ ਆ ਗੱਲਬਾਤ ਕਰਦੇ ਆ ਹੁਣ ਪਰਿਵਾਰ ਦੇ ਹਾਲਾਤ ਕਿੱਦਾਂ ਦੇ ਨੇ ਸੋ ਮਾਤਾ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਬੈਠਤੇ ਨੇ ਹਲੇ ਵੀ ਹਾਲਾਤ ਇਹਨਾਂ ਦੇ ਜਦੋਂ ਉਸ ਦਿਨ ਧਰਨੇ ਤੇ ਸੀ ਤਾਂ ਉਸ ਤੋਂ ਬਾਅਦ ਹਾਲਾਤ ਅੱਜ ਵੀ ਉਸੇ ਤਰ੍ਹਾਂ ਦੇ ਨੇ ਘਰ ਦੇ ਵਿੱਚ ਜਿਹੜਾ ਗੁਜ਼ਾਰਾ ਕਰਨਾ ਮੁਸ਼ਕਲ ਹੋਇਆ ਇਹ ਇਸ ਲੜਕੀ ਦਾ ਬ੍ਰਦਰ ਆ ਜੋ ਕਿ ਆਟੋ ਚਲਾਉਂਦਾ ਤੇ ਘਰ ਦਾ ਜਿਹੜਾ ਸਾਰਾ ਬੋਝ ਜਾਂ ਘਰ ਦਾ ਸਾਰਾ ਜਿਹੜਾ ਪਾਲਣਹਾਰ ਇਹੀ ਆ ਜਿਸ ਨੂੰ ਕੀ ਕੋਰਟ ਕਚੈਰੀਆਂ ਤੇ ਥਾਣੇ ਦੇ ਧੱਕੇ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਸੋ ਭੈਣ ਤੁਸੀਂ ਦੇਖ ਸਕਦੇ ਹੋ ਜਿਹਨੂੰ ਪਹਿਲਾਂ ਵੀ ਤੁਸੀਂ ਦੇਖਿਆ ਫਿਰਪਕ ਪੋਸਟ ਤੇ ਇਹ ਭੈਣ ਨਾਲ ਬੋਲ ਸਕਦੀ ਹੈ ਤੇ ਨਾਲ ਸੁਣ ਸਕਦੀ ਆ ਸੋ ਹਾਲਾਤ ਤੁਸੀਂ ਦੇਖ ਸਕਦੇ ਹੋ ਇਧਰ ਆਂਟੀ ਬੈਠੇ ਨੇ ਉਹ ਇਹਨਾਂ ਦੇ ਗਵਾਂਢੀ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਅ ਸੋ ਦੇਖਦੇ ਆ ਵੀਰ ਜੀ ਨਾਲ ਗੱਲਬਾਤ ਕਰਕੇ ਅ ਗਗਨ ਜੀ ਕੀ ਕਹਿਣਾ ਚਾਹੋਗੇ ਉਸ ਤੋਂ ਬਾਅਦ ਜਦੋਂ ਤੁਸੀਂ ਉਦੋਂ ਮਰਾਡੋ ਚੌਂਕੀ ਦੇ ਬਾਅਦ ਧਰਨਾ ਲਾਇਆ ਸੀ ਉਸ ਤੋਂ ਬਾਅਦ ਕੀ ਕੋਈ ਕਾਰਵਾਈ ਹੋਈ ਨਹੀਂ ਜਾਂ ਤੁਸੀਂ ਥਾਣੇ ਗਏ ਨਹੀਂ ਥਾਣੇ ਗਿਆ ਵੀਰੇ ਮੈਂ ਦੋ ਤਿੰਨ ਵਾਰ ਹੀ ਗਿਆ ਜੀ ਇਕੱਲਾ ਵੀ ਜਾਂਦਾ ਰਿਹਾ ਉਹ ਕਹ ਰਹੇ ਨੇ ਵੀ ਜਿਨ੍ਹਾਂ ਦੇ ਕੋਲ ਉਹ ਕਹਿੰਦੇ ਵੀ ਉਹਨਾਂ ਦੇ ਕੋਲ ਰਿਪੋਰਟ ਆ ਐਸਆਈ ਕਹ ਰਹੇ ਨੇ ਜਿਹਨੂੰ ਫੋਨ ਕਰਕੇ ਕੀ ਨਾਮ ਆ ਮੰਮਾ ਜੀ ਇੱਕ ਹਰਨੇਕ ਸਿੰਘ ਨੇ ਉਹ ਕਹਿ ਰਹੇ ਨੇ ਉਹਨਾਂ ਕੋਲ ਜਾਓ ਉਹਨਾਂ ਕੋਲੇ ਤੁਹਾਡੀ ਐਫਆਰ ਇੱਕ ਕਬਿ ਕ੍ਰਮਜੀਤ ਕਹਿ ਰਹੇ ਆ ਉਹਨਾਂ ਕੋਲ ਜਾਓ ਉਹਨਾਂ ਕੋਲੇ ਮਤਲਬ ਵੀ ਅੱਜ ਵੀ ਲਾਰੇ ਲੱਪੇ ਹੀ ਲਗਾਏ ਜਾ ਰਹੇ ਨੇ ਬਿਲਕੁਲ ਲਾਰੇ ਲੱਪੇ ਮੈਂ ਆਪਣਾ ਕੰਮ ਕਰ ਛੱਡ ਕੇ ਠੰਡ ਜਾਣਾ ਕੀ ਪਤਾ ਮੇਰਾ ਮੇਰੀ ਭੈਣ ਤੋੜਤੀ ਜਾਵੇਂ ਅਸੀਂ ਤਾਂ ਇਹ ਵੀ ਸੋਚਿਆ ਵੀ ਜੋ ਬਣਦਾ ਇਹਦਾ ਹੱਕ ਆ ਉੱਥੇ ਰੱਖੋ ਜਿੱਦਾਂ ਦੂਜਿਆਂ ਨੂੰ ਆ ਰੱਖ ਰਿਆ ਸਾਨੂੰ ਕੁੜੀ ਲੈ ਜਾਓ ਸਾਨੂੰ ਕੋਈ ਨਹੀਂ ਕੁੜੀ ਦੁੱਖ ਆ ਸਾਨੂੰ ਨਹੀਂ ਪਰ ਉਸ ਟਾਈਮ ਤਾਂ ਪੁਲਿਸ ਕਹਿੰਦੀ ਸੀ ਉਹਨੇ ਆਸ਼ਵਾਸ਼ਣ ਦਿੱਤਾ ਸੀ ਵੀ ਤੁਹਾਡੀ ਜਿਹੜੀ ਕੰਪਲੇਨ ਲਿਖੀ ਸੀ ਅਸੀਂ ਕਾਰਵਾਈ ਕਰਾਂਗੇ ਕਿ ਮੀਡੀਆ ਦੇ ਮੌਜੂਦਗੀ 'ਚ ਇਹ ਗੱਲ ਦਾਬਤ ਕਹੀ ਗਈ ਸੀ ਕਿ ਲੱਗਦਾ ਨਾ ਕਿ ਉਸ ਤੋਂ ਬਾਅਦ ਉਹਨਾਂ ਨੇ ਕੋਈ ਵੀ ਕਾਰਵਾਈ ਕੀਤੀ ਹੋਵੇ ਸਰ ਕੁਝ ਵੀ ਨਹੀਂ ਕੀਤੀ ਮੈਨੂੰ ਵੂਮਨ ਸੈਲ 'ਚ ਭੇਜਿਆ ਠਾ ਦੁਗਰੀ ਥਾਣੇ ਦੇ ਉੱਤੇ ਮੈਂ ਉਹਨਾਂ ਨੂੰ ਦਿੱਤੇ ਉਹ ਕਹਿੰਦੇ ਤੋਂ ਜ਼ੀਰੋ ਤੋਂ ਤੁਸੀਂ ਕੋਈ ਨਹੀਂ ਕਹਿੰਦੇ ਜਿੱਦ ਤੁਹਾਡੀ ਕਾਰਵਾਈ ਨਵੇਂ ਜ਼ੀਰੋ ਤੋਂ ਵੂਮਨ ਸੈਲ ਚ ਹੋਊਗੀ ਇਹਨਾਂ ਨੇ ਮੈਨੂੰ ਕਿਹਾ ਪਰਚਾ ਕਰਤਾ ਇਹ ਕਰਤਾ ਕੁਝ ਨਹੀਂ ਕੀਤਾ ਵੀਰੇ بس صرف لਾਰੇ ਤੇ ਲਾਰਾ ਬਲ ਲਾਰੇ ਤੇ ਲਾਰਾ ਮਤਲਬ ਕੋਈ ਐਫ ਆਈ ਆਰ ਦਰਜ ਨਹੀਂ ਹੋਈ ਕੋਈ ਸਰ ਕੁਝ ਨਹੀਂ ਹੋਇਆ ਇੱਕ ਨੂੰ ਦੂਜੇ ਤੇ ਸਿੱਟੀ ਜਾਂਦਾ ਉਹ ਐਸ ਆਈ ਕਹਿੰਦੇ ਇੱਧਰ ਆ ਉਹ ਕਹਿੰਦੇ ਇੱਧਰ ਅਕੀਦੇ ਕੋਲ ਰਿਪੋਰਟ ਕਾਰਨ ਕੀ ਲੱਗਦੇ ਨੇ ਵੀ ਪੁਲਿਸ ਕਾਰ ਵੀ ਕਿਉਂ ਨਹੀਂ ਕਰਦਾ ਕਿਉਂਕਿ ਜਦੋਂ ਕੋਈ ਪੀੜਤ ਜਾਂਦਾ ਥਾਣੇ ਦੇ ਵਿੱਚ ਤਾਂ ਤਕਰੀਬਨ ਪੁਲਿਸ ਦਾ ਵੀ ਇਹ ਫਰਜ ਬਣਦਾ ਕਿ ਉਹਨਾਂ ਦੀ ਜਿਹੜੀ ਸੁਣਵਾਈ ਕੀਤੀ ਜਾਵੇ ਪਰ ਥੋੜੇ ਨਾਲ ਇਦਾਂ ਬਿਤਕਰਾ ਕਿਉਂ ਕੀਤਾ ਜਾਂਦਾ بس ਫਿਰ ਕਿ ਕੋਈ ਕੱਲਾ ਵਾਂ ਮੈਂ ਹੋਰ ਕੋਈ ਮੇਰੇ ਨਾਲ سپورਟ ਨਹੀਂ ਨਾ ਰਿਸ਼ਤੇਦਾਰਾਂ ਦੀ ਆ ਸਾਡਾ ਅਸਕਵਾਂਡਾ ਵਿਚਾਰਾ ਹੈ ਦੇਖਦਾ ਵਾ ਤੇ ਹਾਲਾਤ ਕਰਦੇ ਮਜ਼ਾ ਕਰ ਦਿੰਦਾ ਰੈਂਟ ਤੇ ਘਰ ਆ ਮੇਰਾ 5000 ਰੁਪਏ ਰੈਂਟ ਦੇ ਨਾ ਦੋ ਦਿਨਾਂ ਦੋ ਮਹੀਨੇ ਤਾਂ ਹੋਇਆ ਪਿਆ ਮੈਨੂੰ ਪਤਾ ਮੈਂ 25 ਤਰੀਕ ਨੂੰ ਕਿਵੇਂ ਦੇਣਾ ਦੋਵਾਰ ਮਰਨ ਦੀ ਵੀ ਕੋਸ਼ਿਸ਼ ਕੀਤੀ ਵੀ ਮੇਰੇ ਤੋਂ ਨਹੀਂ ਸੰਭਾ ਜਾ ਰਿਹਾ ਫਿਰ ਮੈਨੂੰ ਹਸਪੀਟਲ ਚੱਕ ਕੇ ਲੈ ਜਾਂਦੇ ਆ ਨਾਲ ਦੇ ਅਸਗਵਾਂਡ ਮੈਨੂੰ ਬਚਾਇਆ ਜਾਂਦਾ ਕਿਉਂ ਮੈਨੂੰ ਵੀਰੇ ਬਰਦਾਸ਼ ਨਹੀਂ ਹੋ ਰਿਹਾ ਸੋ ਅਸੀਂ ਦਰਸ਼ਕਾਂ ਨੂੰ ਦੱਸ ਦਿੰਦੇ ਆ ਵੀ ਵੀਰ ਵੀ ਥੋੜਾ ਭਾਵੁਕ ਹੋ ਚੁੱਕਿਆ ਅ ਜਦੋਂ ਕੋਈ ਬਾਹ ਨਹੀਂ ਲੱਗਦੀ ਕਿਤੇ ਤਾਂ ਕੋਈ ਜਦੋਂ ਹੱਥ ਫੜਨ ਵਾਲਾ ਨਹੀਂ ਹੁੰਦਾ ਤਾਂ ਉਹਦੋਂ ਕਿਤੇ ਨਾ ਕਿਤੇ ਇਨਸਾਨ ਨੂੰ ਇੱਕ ਜਿਹੜਾ ਮਰਨਾ ਸੋਖਾ ਲੱਗਦਾ ਸੋ ਵੀਰ ਨੇ ਵੀ ਮਰਨ ਦੀ ਕੋਸ਼ਿਸ਼ ਕੀਤੀ ਸੋ ਪਰ ਮੁਹੱਲੇਦਾਰ ਜਿਹੜੇ ਲੋਕ ਨੇ ਇੱਥੇ ਰਹਿਣ ਵਾਲੇ ਉਹਨਾਂ ਨੂੰ ਅਸੀਂ ਦਸ਼ਾਵਾਸ਼ੀ ਦਵਾਂਗੇ ਕਿ ਉਹਨਾਂ ਨੇ ਸੋ ਇਸ ਲੜਕੇ ਦੀ ਜਿਹੜੀ ਜਾਨ ਬਚਾ ਲਈ ਕਿਉਂਕਿ ਸਾਰਾ ਪਰਿਵਾਰ ਅੱਜ ਵੀ ਇਸ ਲੜਕੇ ਦੇ ਸਿਰ ਤੇ ਹੀ ਜਿਉਂਦਾ ਬਾ ਜੇ ਕੱਲ ਨੂੰ ਇਹਨੂੰ ਕੁਝ ਹੋ ਜਾਂਦਾ ਤਾਂ ਲੱਗਦਾ ਨਹੀਂ ਕਿ ਪਿੱਛੇ ਪਰਿਵਾਰ ਵੀ ਬਚੂਗਾ ਸੋ ਤੁਸੀਂ ਮਾਤਾ ਦੇ ਹਾਲਾਤ ਦੇਖ ਸਕਦੇ ਹੋ ਮਾਤਾ ਵੀ ਭਾਵਕ ਹੋਈ ਹੋਈ ਆ ਇਕ ਤਾਂ ਹੈ ਬਿਸਤਰੇ ਤੇ ਨੇ ਮੰਜੇ ਤੇ ਪਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਤੇ ਉਪਰੋ ਧੀ ਜਿਹੜੀ ਆ ਉਹ ਵੀ ਘਰੇ ਬੈਠੀ ਆ ਇਹ ਹਾਲਾਤ ਜਦੋਂ ਕਿਸੇ ਪਰਿਵਾਰ ਤੇ ਬਣਦੇ ਆ ਤਾਂ ਦੇਖਿਆ ਨਹੀਂ ਦਿਖਦੇ ਇਦਾਂ ਅਸੀਂ ਲੈਟਰੀਨ ਕਰਵਾਣੇ ਹਾਂ ਸੋ ਵੀਰ ਦੱਸਦਾ ਕਿ ਜਿਹੜਾ ਲੈਟਰੀਨ ਬਾਥਰੂਮ ਵੀ ਅਸੀਂ ਇਸ ਥਾਲ ਦੇ ਵਿੱਚ ਕਰਾਣੇ ਆ ਕਿਸੇ ਨੂੰ ਕੰਮ ਤੇ ਵੀ ਨਹੀਂ ਆਪਣੇ ਛੋਟੇ ਭਰਾਵਾਂ ਨੂੰ ਭੇਜ ਸਕਦਾ ਕਿਉਂਕਿ ਕੁੜੀਆਂ ਤੋਂ ਨਹੀਂ ਚੱਕੀ ਜਾਂਦੀ ਨਹੀਂ ਭਾਰੀ ਆ ਪਰਾ ਲੱਤਾ ਚੱਕ ਦੇ ਨੇ ਥੱਲੇ ਕੋਈ ਥਾਲੀ ਰੱਖਦਾ ਉਹ ਤੇ ਲੈਟਰੀ ਬਾਥੂ ਕਰਦੇ ਨੇ ਇਹਦੇ ਵਿੱਚ ਤੇ ਪਤਾ ਹੀ ਨਹੀਂ ਵੀਰੇ ਯਾਰ ਕੀ ਕੁਝ ਹੋ ਰਿਹਾ ਸਾਨੂੰ ਇਦਾਂ ਲੱਗਦਾ ਵੀ ਸਾਡੇ ਨਾਲ ਹੀ ਕਿਉਂ ਹੋ ਰਿਹਾ ਪਤਾ ਨਹੀਂ ਅਸੀਂ ਤਾਂ ਇੰਨੀ ਤਿੰਨ ਮਹੀਨੇ ਹੋ ਗਏ ਇੱਥੇ ਆਈ ਨੂੰ ਕਮਿਸ਼ਨਰ ਦਫ਼ਤਰ ਤੋਂ ਉਹ ਵੀ ਨਹੀਂ ਕਾਰਵਾਈ ਕਰਦੇ ਵੀ ਕੁਝ ਨਹੀਂ ਮਤਲਬ ਇਹ ਕੇ ਆ ਵੀ ਮੀਢਲ ਗਰੀਬ ਬੰਦੇ ਆ ਤਾਂ ਕਰਕੇ ਜਾਂ ਉਹਨਾਂ ਕੋਲ ਪਾਵਰ ਆ ਵੀਰੇ ਤਾਂ ਕਰਕੇ ਸਾਡੇ ਕੋਲ ਪੈਸਾ ਨਹੀਂ ਜੇ ਸਾਡੇ ਕੋਲ ਪੈਸਾ ਹੁੰਦਾ ਸ਼ਹਿਰ ਨੂੰ ਹੁਣ ਨੂੰ ਸਾਡੀ ਕਦੇ ਭੈਣ ਬੈਠੀ ਹੁੰਦੀ ਉੱਤੇ ਸਾਡੇ ਕੋਲ ਪੈਸਾ ਨਹੀਂ ਇਸ ਕਰਕੇ ਕਰਦਾ ਬੜਾ ਗੁਜ਼ਾਰਾ ਔਖਾ ਹੋ ਰਿਹਾ ਸਾਨੂੰ ਪਤਾ ਮੈਂ ਕੰਮ ਤੇ ਜਾਂਨਾ ਵਾ ਕੰਮ ਤੇ ਜਾਂਨਾ ਪਿੱਛੋਂ ਫੋਨ ਆ ਜਾਂਦਾ ਆ ਜਾਂ ਮੰਮੀ ਨੂੰ ਲੈਟਰੀ ਹੋ ਗਈ ਦਰਦ ਹੋ ਗਈ ਮੋਢੇ ਦਰਦ ਹੋਣ ਲੱਗੇ ਬੀਲ ਚੇਰ ਲਿਆ ਕੇ ਦਿੱਤੀ ਪਰ ਕੋਈ ਨਹੀਂ ਵੀਰੇ ਕੰਮ ਕਿੱਦਾਂ ਕਰਾਂ 300 ਰੁਪਏ ਕਰਾਇਆ ਦਿਨਾ ਵਾ ਗੱਡੀ ਦਾ ਕਜਾ ਕਰਾਇਆ ਦੇ ਲਾ ਘਰ ਦੇਖ ਲਾ 5 ਮਿੰਟ ਬਾਅਦ ਸਵਾਰੀ ਬੇਟੀ ਬੋਣੀ ਕਰਨ ਲੱਗਾ ਮੰਮੀ ਹੰਡੇ ਢਿੱਲੇ ਹੋ ਗਈ ਫਿਰ ਪੱਜਿਆ ਉਹ ਘਰ ਨੂੰ ਮਾਲਕ ਤਾਂ ਸ਼ਾਮ ਨੂੰ 300 ਮੰਗਦਾ ਕਰਿਆ ਘਰ ਦਾ 500 ਰੁਪਏ ਵਾਰ ਰੋਜ਼ ਦਾ ਨਹੀਂ ਹੁੰਦਾ ਤੇ ਚੱਲਦਾ ਨਹੀਂ 2-200 ਰੁਪਏ ਦੀ ਗੈਸ ਪੋ ਆ ਕੇ ਘਰ ਦਾ ਰੋਟੀ ਪਾਣੀ ਚਲਾ ਰਿਆ ਵਾ ਸੋਏ ਹਾਲਾਤ ਦੇਖ ਕੇ ਹਰ ਬੰਦਾ ਉਭਾਵਕ ਹੋ ਜਾਂਦਾ ਕਿਉਂਕਿ ਇਦਾਂ ਦੇ ਹਾਲਾਤ ਜਿਹੜੇ ਨੇ ਹਾਲਾਤਾਂ ਦੇ ਵਿੱਚ ਜ਼ਿੰਦਗੀ ਕੱਟਣੀ ਬਹੁਤ ਔਖੀ ਆ ਮਾਂ ਬਿਸਤਰੇ ਤੇ ਹੋਵੇ ਭੈਣ ਘਰੇ ਬੈਠੀ ਹੋਵੇ ਤੇ ਭਰਾ ਕੋਲੇ ਵੀ ਕੋਈ ਖਾਸ ਰੋਜ਼ਗਾਰ ਨਾ ਹੋਵੇ ਤਾਂ ਜ਼ਿੰਦਗੀ ਕੱਟਣੀ ਪਹਾੜ ਜਿੰਨੀ ਲੱਗਣ ਲੱਗ ਜਾਂਦੀ ਆ ਸੋ ਭੈਣ ਨਾਲ ਵੀ ਗੱਲਬਾਤ ਕਰਦੇ ਆ ਵੀ ਉਹਨਾਂ ਦਾ ਕੀ ਕਹਿਣਾ ਸੋ ਬੋਲ ਤਾਂ ਨਹੀਂ ਸਕਦੇ ਉਹ ਅ ਫਿਰ ਵੀ ਉਹਨਾਂ ਦਾ ਅੱਜ ਦੇ ਹਾਲਾਤਾਂ ਦੀ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦਾ ਗੁਜ਼ਾਰਾ ਹੋ ਰਿਹਾ ਗਗਨ ਜੀ ਤੁਸੀਂ ਜਿੱਥੇ ਉੱਧਰ ਤਲ ਜਾਓ ਤਾਂ ਜਿਆਦਾ ਵਧੀਆ ਸੋ ਹੁਣ ਗਗਨ ਜੀ ਭੈਣ ਦਾ ਹਾਲਾਤ ਕਿੱਦਾਂ ਦੇ ਨੇ ਹੁਣ ਇਹਨਾਂ ਦਾ ਜਿਹੜਾ ਕਹਿ ਸਕਦੇ ਆ ਵੀ ਆਪਾਂ ਵੀ ਦਿਮਾਗ ਤੇ ਜਿਹੜੀ ਟੈਨਸ਼ਨ ਹੁੰਦੀ ਆ ਉਹ ਤਾਂ ਜ਼ਰੂਰ ਹੁੰਦੀ ਆ ਪਰ ਹੁਣ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਹੁਣ ਭੈਣ ਦੇ ਹਾਲਾਤ ਕਿੱਦਾਂ ਦੇ ਨੇ ਅਤਾ ਦੇਖ ਲੋ ਪਿਛਲੀ ਵੀਡੀਓ ਚ ਵੀ ਦੇਖਿਆ ਹੁੰਨੇ ਇਹ ਦੇ ਹਾਲਾਤ ਹੁਣ ਤਾਂ ਬੱਤਰ ਹੁੰਦੀ ਜਾਂਦੀ ਆ ਰੋਂਦੀ ਰਹਿੰਦੀ ਕੋਈ ਦੇਖੋ ਤਾਂ ਪੁਲਸ ਵਾਲਾ ਫੋਨ ਕਰਦੀ ਆ ਠੀਕ ਕੀ ਬੁੱਤ ਕਹਿੰਦੀ ਮੈਂ ਪੁਲਸ ਵਾਲਾ ਨੂੰ ਫੋਨ ਕਰਦੀ ਆ ਮੈਂ ਪੁਲਸ ਵਾਲਾ ਨੂੰ ਫੋਨ ਕਰਦੀ ਆ ਮੈਂ ਮੇਰੀ ਮੰਮੀ ਤੋਂ ਕਰਨੇ ਵੀ ਨਹੀਂ ਮਾਂ ਨਹੀਂ ਠੀਕ ਮੈਨੂੰ ਮੈਨੂੰ ਪੈਸਾ ਨਹੀਂ ਚਾਹੀਦਾ ਮੇਰੇ ਕੋ ਖਾਣ ਨੂੰ ਨਹੀਂ ਹੈਗਾ ਮੇਰਾ ਕੱਲਾ ਭਰਾ ਚ ਲਾ ਰਿਆ ਬਈ ਮੇਰੇ ਮੁੰਡਾ ਮੈਨੂੰ ਤਾਂ ਦਿੱਤਾ ਜਾਵੇ ਮਲਾਇਆ ਜਾਵੇ ਕੁਛ ਨਹੀਂ ਉਤੋਂ ਦੀ ਬਸ ਇਦਾਂ ਦੇ ਹਾਲਾਤ ਹੋਏ ਪਏ ਨੇ ਤੇ ਸਾਨੂੰ ਡਰ ਲੱਗਦਾ ਵੀ ਕਿਤੇ ਕੁਛ ਇਹਨੂੰ ਹੋ ਨਾ ਜਾਵੇ ਜੇ ਇਦਾਂ ਦੇ ਵੀ ਰੋਂਦੀ ਰਹਿੰਦੀ ਹੈ ਸਾਰੀ ਸਾਰੀ ਰਾਤ ਆ 20-20 ਰੁਪਏ ਦੇ 10-5 ਰੁਪਏ ਦਾ ਸ਼ੋਲ ਆ 5 ਘੰਟੇ ਲੱਗ ਜਾਂਦੇ ਕਰਨ ਨੂੰ ਉਹਦੇ ਹਿਸਾਬ ਨਾਲ ਮਾੜਾ ਮੁੱਟ ਕੇ ਨਹੀਂ ਮੈਂ ਆਪਣੇ ਭਰਾ ਨੂੰ ਹੰਦਾ ਲਾਉਂਗੀ ਬਸ ਵੀਰੇ ਆ ਦੇਖ ਲਓ ਤੁਹਾਡੇ ਸਾਹਮਣੇ ਪਹਿਲਾ ਵੀਡੀਓ ਚ ਕੀ ਹਾਲਾਤੀ ਹੁੰਦਾ ਵੱਧ ਜਾਂਦਾ ਬੇ ਕੰਮ ਇਹਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਪਹਿਣਾ ਜਿਹੜੀ ਕੀ ਇਹ ਉਹ ਸ਼ੋਲ ਆ ਜੋ ਕਿ ਸ਼ਾਇਦ 10 ਰੁਪਏ ਇਹਨੂੰ ਬਣ ਕੇ ਦੀ ਕੀਮਤ ਮਿਲਦੀ ਹੋਊਗੀ ਆ ਜੋ ਕਿ ਸੋਚ ਲਿਆ ਕਿ ਸ਼ਾਇਦ ਮੈਂ ਆਪਣੇ ਭਰਾ ਨੂੰ ਕੋਈ ਨਾ ਕੋਈ ਜਿਹੜੀ ਆ ਸਪੋਰਟ ਕਰ ਸਕਦੀ ਆ ਪਰ ਲੱਗਦਾ ਨਹੀਂ ਕਿ ਇਹਨਾਂ ਦੇ ਨਾਲ ਕੋਈ ਸਪੋਰਟ ਹੋ ਸਕਦੀ ਉਸ ਭਰਾ ਨੂੰ ਕਿਉਂਕਿ ਉਸ ਭਰਾ ਨੂੰ ਟੈਨਸ਼ਨ ਕਿਤੇ ਨਾ ਕਿਤੇ ਕਮਾਈ ਦੀ ਨਹੀਂ ਹੈਗੀ ਵੀ ਭੈਣ ਇਹ ਛੋਲ ਕਰਕੇ ਉਹਨੂੰ ਕਮਾਈ ਕਰਕੇ ਦੇਵੇ ਉਹਨੂੰ ਟੈਨਸ਼ਨ ਇਹ ਆ ਵੀ ਉਹ ਆਪਣੇ ਘਰ ਦੇ ਵਿੱਚ ਸੁਖੀ ਬਸ ਜਾਵੇ ਜਿਹੜਾ ਉਹਨਾਂ ਦਾ ਪਰਿਵਾਰ ਆ ਸੋਹਰਾ ਪਰਿਵਾਰ ਆ ਇਸ ਲੜਕੀ ਦਾ ਕਿਤੇ ਨਾ ਕਿਤੇ ਉਹ ਇਹਨੂੰ ਲੈ ਜਾਵੇ ਜਾਂ ਇਸ ਧੈਣ ਦਾ ਜੋ ਕਿ ਬੱਚਾ ਵਾ ਉਹਨਾਂ ਦੇ ਕੋਲੇ ਐ ਇਸ ਟਾਈਮ ਨਾ ਤਾਂ ਉਹ ਮਿਲਵਾਉਂਦੇ ਨੇ ਉਸ ਬੱਚੇ ਨੂੰ ਤੇ ਨਾ ਹੀ ਉਹ ਇਹਨਾਂ ਨੂੰ ਉਹ ਬੱਚਾ ਦੇਂਦੇ ਨੇ ਸਿਰਫ ਇਹਦੀ ਇੱਕ ਨਿਗਾਵਾਂ ਵੀਰੇ ਇੱਕ ਨਿਗਾਵਾਂ ਸੁਣਦੀ ਬੋਲਦੀ ਤਾਂ ਹੈ ਨਹੀਂ ਇੱਕ ਨਿਗਾਵਾਂ ਮੈਨੂੰ ਕਿਹਾ ਪੁੱਤ ਤੇਰੀ ਨਿਗਾ ਬਿਨਾ ਚੱਲ ਜਾਵੇ ਕਿਤੇ ਇਹਦੇ ਸਾਰੇ ਤਾਂ ਤੂੰ ਹੈਗੀ ਇੱਕ ਸੋ ਮਾਹੀ ਤਾਂ ਗੋਣਾ ਤੇਰੇ ਕੋ ਇੱਕ ਨਿਗਾ ਦਾ ਸਭ ਕੁਝ ਕਰ ਲੈਂਦੀ ਐ ਹੁਣ ਦੋਨੇ ਮੈਂ ਕਦੇ ਕਿਸੇ ਕੁੜੀ ਨੂੰ ਘਰੇ ਸਾਡੇ ਕਲਚਨੇ ਵੀ ਅਸੀਂ ਕੁੜੀਆਂ ਨੂੰ ਕੰਮ ਤੇ ਲਾਈਏ ਪਰ ਮੈਂ ਤੇ ਮੇਹ ਤੇ ਮੇਰੀ ਘਰ ਵਾਲੀ ਦੋਨੇ ਜਣੀਆਂ ਰਲ ਕੇ ਮੈਨੂੰ ਹੰਦਾ ਲਾਣ ਲੱਗਿਆ ਵੀ ਅਸੀਂ ਤੂੰ ਡੋਲ ਨਾਲ ਜਦ ਮੈਂ ਮਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਫੇਰ ਛੋਲ ਚਾਲੂ ਕੀਤੇ ਵੀ ਅਸੀਂ ਤੈਨੂੰ ਹੰਦਾ ਲਾਵਾਂਗੇ ਮੇਰੀ ਜਨਾਨੀ ਹਾਂ ਕੁੜੀਆਂ ਮੇਰੇ ਨਾਲ ਲੱਗੀਆਂ ਪਰ ਅੱਜ ਤੱਕ ਅਸੀਂ ਕਿਤੇ ਕੁੜੀਆਂ ਨੂੰ ਕੰਮ ਨਹੀਂ ਕਰ ਦਿੱਤਾ ਪਰ ਮਜਬੂਰੀ ਇਹ ਜੇ ਹੋ ਗਏ ਨੇ ਬਸ ਸੋ ਭਾਵ ਕੋਹਿਆ ਹੋਇਆ ਪਰਿਵਾਰ ਆ ਹਾਲਾਤ ਹੀ ਇਸ ਤਰ੍ਹਾਂ ਦੇ ਨੇ ਕਿ ਪਰਿਵਾਰ ਨੂੰ ਬੜੀਆਂ ਹੀ ਮੁਸ਼ਕਲਾਂ ਤੋਂ ਜਿਹੜਾ ਵਾ ਕਿਤੇ ਨਾ ਕਿਤੇ ਲੰਘਣਾ ਪੈ ਰਿਹਾ ਵਾ 4 ਮਹੀਨੇ ਤੋਂ ਮਾਤਾ ਬਹੁਤ ਜ਼ਿਆਦਾ ਬਿਮਾਰ ਨੇ ਇੱਕ ਕਦਮ ਵੀ ਚੱਲ ਨਹੀਂ ਸਕਦੇ ਪਹਿਣ ਤੁਸੀਂ ਦੇਖ ਸਕਦੇ ਹੋ ਪਹਿਲਾਂ ਵੀ ਤੁਸੀਂ ਦੇਖਿਆ ਕਿਤਨਾ ਕਿਤੇ ਇਨਸਾਨੀਅਤ ਮੈਂ ਤਾਂ ਇਹ ਕਹੂੰਗਾ ਕਿ ਲੋਕਾਂ ਦੇ ਵਿੱਚ ਜਾਂ ਪੁਲਿਸ ਮੁਲਾਜ਼ਮਾਂ ਦੇ ਵਿੱਚ ਜਿਹੜੀ ਇਨਸਾਨੀਅਤ ਆ ਉਹ ਲੱਗਦਾ ਕਿਤਨਾ ਕਿਤੇ ਖਤਮ ਹੋ ਚੁੱਕੀ ਆ ਪੈਸੇ ਦਾ ਤੇ ਪੈਸੇ ਦਾ ਹੀ ਜਿਹੜਾ ਵਾ ਕਿਤਨਾ ਕਿਤੇ ਬੋਲਬਾਲਾ ਹੋ ਗਿਆ ਜਾਂ ਜਿਨ੍ਹਾਂ ਦੀ ਪਾਵਰ ਫਲੋ ਚ ਆ ਉਹਨਾਂ ਦੀ ਇਹ ਹੀ ਗੱਲਾਂ ਜਿਹੜੀਆਂ ਨੇ ਥਾਣਾ ਕਚੇਰੀਆਂ 'ਚ ਸੁਣੀਆਂ ਜਾਂਦੀਆਂ ਨੇ ਇਹ ਹੀ ਕੱਲ ਕਹਿ ਰਹੀ ਕਹਿੰਦੀ ਮੇਰੇ ਮੇਰੇ ਪੁਲਸ ਵਾਲੇ ਨਹੀਂ ਸੁਣਦੇ ਪੁੱਤੋ ਦੱਸ ਪੁਲਿਸਾਂ ਨੂੰ ਬਾਰ-ਬਾਰ ਅਸੀਂ ਫੋਨ ਕਰਦੇ ਆ ਮੈਨੂੰ ਮੇਰਾ ਬੱਚਾ ਮਲਾ ਦੋ ਜਾਂ ਕੁਛ ਲਾਰੇ ਕਹਿੰਦੀ ਨਹੀਂ ਪੁਲਿਸ ਵਾਲੇ ਫੋਨ ਕੱਟ ਦਿੰਦੇ ਸਾਡਾ ਫੋਨ ਨਹੀਂ ਚੱਕਦੀ ਜਾਂ ਇੱਕ ਦੂਜੇ ਤੇ ਸਿੱੜਦੇ ਨੇ ਤੁਹਾਡਾ ਕੇਸ ਉਹਦੇ ਕੋਲ ਤੁਹਾਡਾ ਕੁਝ ਇਹ ਵਿਚਾਰੀ ਪੁਲਿਸਾਂ ਨੇ ਸਾਰੇ ਬੇਟੀ ਦੀ ਮੈਨੂੰ ਪੁਲਿਸਾਂ ਇਹਨਾਂ ਦੇ ਭੈਣ ਦੇ ਸਹੁਰੇ ਪਰਿਵਾਰ ਨਾਲ ਕੋਈ ਹੁਣ ਤੱਕ ਗੱਲਬਾਤ ਹੋਈ ਦੁਬਾਰੇ ਉਸ ਤੋਂ ਬਾਅਦ ਹਾਂਜੀ ਹੋਈ ਸੀਗੀ ਤੇ ਕੀ ਕਹਿੰਦੇ ਨੇ ਮਮਾ ਕੀ ਕਹਿੰਦੇ ਮਾਤਾ ਜੀ ਸਹੁਰੇ ਪਰਿਵਾਰ ਆ ਜਿਹੜਾ ਇਹਨਾਂ ਦਾ ਹਾਂਜੀ ਸੋ ਮੈਂ ਇੱਕ ਮਿੰਟ ਮਾਤਾ ਜੀ ਨਾਲ ਵੀ ਇੱਧਰ ਗੱਲ ਕਰਦੇ ਆਂ ਕੀ ਕਹਿੰਦੇ ਆ ਮਾਤਾ ਜੀ ਸੋਹਰਾ ਪਰਿਵਾਰ ਹੋਣੇ ਇਹਦੇ ਜੇਠ ਨੂੰ ਜੀ ਮੈਂ ਪੁਲਿਸ ਵਾਲੇ ਮੇਰੇ ਫੋਨ ਨਹੀਂ ਚੱਕਦੇ ਜੀ ਮੈਂ ਤੇ ਜੇਠ ਨੂੰ ਇੱਕ ਦਿਨ ਬਹੁਤ ਪਰੇਸ਼ਾਨ ਸੀ ਇਹ ਤੇ ਇਹਨੂੰ ਦੰਦਲ ਪੈ ਜਾਂਦੀ ਆ ਕਿਉਂਕਿ ਉਹਨਾਂ ਨੇ ਕੁੱਟਦੇ ਮਾਰਦੇ ਸੀ ਇਹਨੂੰ ਦੌਰਾ ਪੈ ਜਾਂਦਾ ਵਾ ਤੇ ਮੈਂ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਮੈਂ ਕਿਹਾ ਵੀਰੇ ਵੀ ਤੁਸੀਂ ਦੱਸੋ ਇਹ ਆਪ ਹੀ ਲਾ ਲੈਂਦੀ ਆ ਉਹ ਫੋਨ ਚੱਕਦੇ ਨਹੀਂ ਕੱਟੀ ਜਾਂਦੇ ਕੱਟੀ ਜਾਂਦੇ ਆ ਤੇ ਮੈਂ ਹੱਕ ਕੇ ਤੇ ਜੇਠ ਨੂੰ ਫੋਨ ਲਾਇਆ ਤੇ ਇਹਦੇ ਜੇਠ ਨੇ ਫੋਨ ਚੱਕਿਆ ਕਹਿੰਦਾ ਕਿ ਮੇਰੇ ਤਾਂ ਗਲੂਕੋਜ਼ ਲੱਗਿਆ ਮੈਂ ਆ ਨਹੀਂ ਸਕਦਾ ਤੁਸੀਂ ਨਾ ਆਇਓ ਜੇ ਨਾ ਤੁਹਾਡਾ ਵੱਡਾ ਮੁੰਡਾ ਆਵੇ ਤੇ ਤੁਸੀਂ ਵਿਚਾਰ ਲੈ ਮੁੰਡੇ ਨੂੰ ਤੇ ਜਾ ਇਹਦੇ ਹੈਪੀ ਦੇ ਡੈਡੀ ਨੂੰ ਪ੍ਰੀਤੀ ਦੇ ਡੈਡੀ ਨੂੰ ਉਹਨੂੰ ਭੇਜ ਦਿਓ ਦੱਸੋ ਹੁਣ ਸਾਡੇ ਉੱਤੇ ਜੇ ਪੁਲਿਸ ਰਹੀ ਕੇਸ ਗੱਲ ਚਲੀ ਜਾਵੇ ਤੇ ਅਸੀਂ ਉਹਨਾਂ ਦੇ ਘਰੇ ਜਾਂਦੇ ਚੰਗੇ ਲੱਗਦੇ ਆ ਮੈਂ ਵਿਕਰਮਜੀਤ ਨੂੰ ਵੀ ਕਿਹਾ ਮੈਂ ਕਿਹਾ ਭਾਜੀ ਉਹਨਾਂ ਦਾ ਫੋਨ ਆਇਆ ਆ ਕਹਿੰਦਾ ਤੁਸੀਂ ਜਾ ਕੇ ਆਪ ਗੱਲ ਕਰ ਲਓ ਕਹਿੰਦਾ ਇਹ ਸਾਡੇ ਵਸ ਨਹੀਂ ਕਹਿੰਦਾ ਤਾਂ ਕਾਨੂੰਨ ਦੇ ਵਾਸੀ ਹੈ ਜਾਵਾ ਕੋਈ ਰਾਸੀ ਰਣੀ ਫੜਾਉਂਦੇ ਜੀ ਸਾਨੂੰ ਉਹ ਕਹਿੰਦੇ ਹਰਨੇਕ ਸਿੰਘ ਆ ਤੇ ਹਰਨੇਕ ਸਿੰਘ ਕਹਿੰਦਾ ਵਿਕਰਮਜੀਤ ਆ ਸੋ ਇੱਕ ਦੂਜੇ ਦੇ ਉੱਤੇ ਪੱਲਾ ਕਿਤੇ ਨਾ ਕਿਤੇ ਝਾੜਾ ਜਾਂਦਾ ਤੇ ਪੁਲਿਸ ਜਾਂ ਤਾਂ ਉਹ ਆਪਣੇ ਹੱਥੋਂ ਮਜਬੂਰ ਲੱਗਦੀ ਆ ਜਾਂ ਫਿਰ ਕੋਈ ਕਾਰਵਾਈ ਲੱਗਦਾ ਨਹੀਂ ਕਰਨਾ ਚਾਹੁੰਦੀ ਕਿਉਂਕਿ ਕਾਨੂੰਨ ਜੀ ਜੇ ਗੱਲ ਕੀਤੀ ਜਾਵੇ ਤਾਂ ਕਾਨੂੰਨ ਵੀ ਉਹ ਇਹਨਾਂ ਦੇ ਹੱਥ 'ਚ ਹੀ ਆ ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਵੀਡੀਓ 'ਚ ਦੇਖਿਆ ਸੀ ਵੀ ਉਹ ਭੈਣ ਨੇ ਦੱਸਿਆ ਸੀ ਕਿ ਮੈਨੂੰ ਗੋਲੀਆਂ ਜਿਹੜੀਆਂ ਨੇ ਖਵਾਈਆਂ ਜਾਂਦੀਆਂ ਨੇ ਮੇਰੇ ਨਾਲ ਮਾਰਕਟਾਈ ਕੀਤੀ ਜਾਂਦੀ ਸੀਗੀ ਤੇ ਮੈਨੂੰ ਜਿਹੜੀ ਇਹ ਦਵਾਈ ਵੀ ਕਿਤੇ ਨਹੀਂ ਦਵਾਈ ਜਾਂਦੀ ਸੀ ਤੇ ਇਹਨਾਂ ਦੇ ਆਸ-ਗੁਆਣ ਦੇ ਲੋਕ ਦੇ ਵਿੱਚ ਇੱਕ ਭੈਣ ਜੀ ਸਾਡੇ ਨਾਲ ਨੇ ਗੱਲਬਾਤ ਕਰ ਲੈਨੇ ਆ। ਸੁਪਿੰਝ ਜੀ ਕੀ ਕਹਿਣਾ ਚਾਹੋਗੇ ਇਸ ਪਰਿਵਾਰ ਦੇ ਹਾਲਾਤ ਅੱਜ ਕਿਸ ਤਰ੍ਹਾਂ ਦੇ ਨੇ? ਤੀ ਲੱਗਦਾ ਨਹੀਂ ਕਿ ਕੋਈ ਮਦਦ ਕਰਨ ਵਾਸਤੇ ਵੀ ਕੋਈ ਆ ਰਿਹਾ? ਕੋਈ ਨਹੀਂ ਆ ਰਿਹਾ ਮਦਦ ਕਰਨ ਵਾਸਤੇ। ਇਹ ਤਾਂ ਵਿਚਾਰੇ ਆਪ ਓਖੇ ਰੋਟੀ ਕੰਨੀ ਓਖੇ ਆ। ਉਹ ਆਂਟੀ ਪਈ ਆ ਮੰਜੇ ਤੇ ਉਹ ਵਿਚਾਰਾ ਕਮਾਉਂਦਾ ਦੋ ਵਾਰੀ ਉਹਨੇ ਦਵਾਈ ਖਾ ਲਈ ਇੱਕ ਵਾਰੀ। ਚੂਹੇ ਮਾਰਨ ਵਾਲੀ ਖਾ ਲਈ ਇੱਕ ਦਿਨ ਗੋਲੀਆਂ ਕਿੰਨੀਆਂ ਖਾ ਲੀਆਂ? ਉਹਨੂੰ ਮੱਸਾਂ ਬਚਾਇਆ ਵਾ ਮਤਲਬ ਪਰੇਸ਼ਾਨ ਹੀ ਇੰਨੇ ਆ ਕਿ ਉਹਨਾਂ ਨੂੰ ਮੌਤ ਸੋਖੀ ਲੱਗਦੀ ਆ ਕਿ ਮੌਤ ਨੂੰ ਗਲੇ ਲਾ ਕੇ ਕਿਤੇ ਨਾ ਕਿਤੇ ਛੁਟਕਾਰਾ ਮਿਲ ਸਕਦਾ ਇਸ ਇਦਾਂ ਦੀਆਂ ਜਹਿਮਤਾ ਦੋ ਕਿਤੇ ਨਾ ਕਿਤੇ ਇਦਾਂ ਮੌਤ ਵੀ ਨਾ ਆਉਂਦੀ ਇਹਨੂੰ ਅਸੀਂ ਕਿਹਾ ਵਾ ਵੀ ਤੂੰ ਆਪਣਾ ਕੋਈ ਅੰਗ ਪੈਰ ਖੜਾ ਲੈ ਲੇਂਗਾ ਫਿਰ ਹੋਰ ਔਖੇ ਹੋ ਜੋਂਗੇ ਰੋਟੀ ਤੁਹਾਡੀ ਜਿਹੜੀ ਮਾੜੀ ਮੋਟੀ ਚੱਲਦੀ ਆ ਉਹਦੇ ਤੋਂ ਵੀ ਰਹਿ ਜਾਓਗੇ ਦੇਖੋ ਤੱਪ ਮਹੱਲੇ ਦਾ ਤੁਹਾਡਾ ਸਾਥ ਕਿਸ ਤਰ੍ਹਾਂ ਦਾ ਕਿ ਤੁਹਾਡੇ ਵੱਲੋਂ ਕੋਈ ਮਦਦ ਵਗੈਰਾ ਕੀਤੀ ਜਾਂਦੀ ਆ ਪਰਿਵਾਰ ਦੀ ਹਾਂਜੀ ਜਿੰਨੇ ਲੋਕੇ ਖੜਦੇ ਆ ਪਰ ਤਾਂ ਮੇਰੇ ਔਖੇ ਟਾਈਮ ਤੇ ਦਾ ਨਿਕਲ ਜਾਂਦੇ ਨੇ ਬਸ ਸੋ ਇਹ ਮਹੱਲੇ ਦੇ ਵੀ ਕੁਝ ਲੋਕ ਨੇ ਜਿਨ੍ਹਾਂ ਨੇ ਦੱਸਿਆ ਕਿ ਪਰਿਵਾਰ ਦੇ ਜਿਹੜੇ ਹਾਲਾਤ ਨੇ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਨਾਜ਼ੁਕ ਨੇ ਤੇ ਬਹੁਤ ਜ਼ਿਆਦਾ ਮਾੜੇ ਨੇ ਜਿਹਦੇ ਕਰਕੇ ਕੀ ਇਸ ਪਰਿਵਾਰ ਨੂੰ ਬਹੁਤ ਮੁਸ਼ਕਿਲਾਂ ਜਿਹੜੀਆਂ ਝੱਲਣੀਆਂ ਪੈ ਰਹੀਆਂ ਨੇ ਅਸੀਂ ਤਾਂ ਬੇਨਤੀ ਕਰਾਂਗੇ ਆਪਣੇ ਜਿਹੜੇ ਪੰਜਾਬ ਦੇ ਜਿਹੜੇ ਐਨ ਜੀਓ ਨੇ ਜਿਹੜੇ ਐਨ ਜੀਓ ਚਲਾਉਂਦੇ ਨੇ ਜਾਂ ਸਾਡੇ ਜਿਹੜੇ ਐਨ ਆਰ ਆਈ ਵੀਰ ਨੇ ਜਾ ਜਿਹੜਾ ਵਕੀਲ ਭਾਈਚਾਰਾ ਵਾ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜੇ ਪੁਲਿਸ ਇਹਨਾਂ ਦੀ ਨਹੀਂ ਸੁਣਦੀ ਹੋਰ ਕੋਈ ਸਮਾਜ ਨਹੀਂ ਇਹਨਾਂ ਦੀ ਸੁਣਦਾ ਤਾਂ ਕਿਤੇ ਨਾ ਕਿਤੇ ਵਕੀਲ ਭਾਈਚਾਰਾ ਜਿਹੜਾ ਵਾ ਉਹ ਕੋਰਟ ਰਾਹੀਂ ਇਹਨਾਂ ਨੂੰ ਇਨਸਾਫ ਜ਼ਰੂਰ ਦਿਵਾ ਸਕਦਾ ਵਾ ਜੇ ਜੇ ਕੋਈ ਵਕੀਲ ਮੇਰਾ ਵੀਰ ਭਰਾ ਸਾਡਾ ਸੁਣਦਾ ਹੋਵੇ ਇਹ ਵੀਡੀਓ ਉਹਨਾਂ ਤੱਕ ਪਹੁੰਚਦੀ ਹੋਵੇ ਤਾਂ ਅਸੀਂ ਉਹਨਾਂ ਨੂੰ ਬੇਨਤੀ ਜ਼ਰੂਰ ਕਰਾਂਗੇ ਕਿ ਇਸ ਪਰਿਵਾਰ ਦੀ ਜਿਹੜੀ ਆ ਮਦਦ ਜ਼ਰੂਰ ਕੀਤੀ ਜਾਵੇ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਇਸ ਪਰਿਵਾਰ ਦਾ ਨੰਬਰ ਵੀ ਜ਼ਰੂਰ ਦਵਾਂਗੇ ਜੇ ਕੋਈ ਵੀਰ ਭੈਣਾਂ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਕੋਈ ਐਨਜੀਓ ਵਾਲਾ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਵਾ ਸੋ ਇਹਨਾਂ ਦੇ ਨਾਲ ਰਾਬਤਾ ਜ਼ਰੂਰ ਕਾਇਮ ਕਰੇ ਕਿਉਂਕਿ ਇਸ ਟਾਈਮ ਜਿਹੜੇ ਪਰਿਵਾਰ ਦੇ ਹਾਲਾਤ ਨੇ ਉਹ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਨੇ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਲੋਕ ਜਦੋਂ ਕੁਝ 19 ਕੀ ਕਰ ਲੈਂਦੇ ਨੇ ਜਾਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਆ ਤਾਂ ਫਿਰ ਰੋਕ ਆਕੇ ਹਮਦਰਦੀ ਜਿਤਾਉਂਦੇ ਨੇ ਕਿ ਜੇ ਸਾਨੂੰ ਪਹਿਲਾਂ ਪਤਾ ਹੁੰਦਾ ਤਾਂ ਕਿਤੇ ਨਾ ਕਿਤੇ ਅਸੀਂ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਦੇ ਸੋ ਅਸੀਂ ਆਪਣੇ ਚੈਨਲ ਰਾਹੀਂ ਬੇਨਤੀ ਜ਼ਰੂਰ ਕਰਾਂਗੇ ਕਿ ਇਸ ਪਰਿਵਾਰ ਦੀ ਜੇ ਕੋਈ ਮਦਦ ਕਰ ਸਕਦਾ ਵਾ ਫਿਰ ਇੱਕ ਵਾਰੀ ਕਵਾਂਗੇ ਵਕੀਲ ਭਾਈਚਾਰੇ ਨੂੰ ਖਾਸ ਤੌਰ ਤੇ ਵੀ ਇਹ ਸੋ ਭੈਣ ਨੂੰ ਜੋ ਕਿ ਨਾ ਬੋਲ ਸਕਦੀ ਹੈ ਤੇ ਨਾ ਸੁਣ ਸਕਦੀ ਆ ਇਹਦੇ ਵੱਲ ਦੇਖਦੇ ਹੋਏ ਇਹਦੀ ਮਦਦ ਲਈ ਕੋਈ ਵਕੀਲ ਭਰਾ ਜਾਂ ਕੋਈ ਵਕੀਲ ਭਾਈਚਾਰੇ ਦਾ ਮਦਰ ਵਾਸਤੇ ਜ਼ਰੂਰ ਅੱਗੇ ਆਵੇ ਤਾਂ ਜੋ ਕਿ ਇਸ ਭੈਣ ਨੂੰ ਇਸ ਦੇ ਸੋਹਰੇ ਪਰਿਵਾਰ ਦੇ ਵੱਲੋਂ ਜੋ ਬਣਦਾ ਹੱਕ ਆ ਉਹ ਮਿਲ ਜਾਵੇ ਤੁਸੀਂ ਦੇਖ ਸਕਦੇ ਹੋ ਦੋਨੇ ਭੈਣ ਭਰਾ ਭਾਵੁਕ ਨੇ ਸੋ ਹਾਲਾਤ ਬੜੇ ਨਾਜ਼ੁਕ ਨੇ ਇਸ ਤਰ੍ਹਾਂ ਦੇ ਹਾਲਾਤਾਂ 'ਚ ਨੰਗਣ ਵੇਲੇ ਬੜੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਵਾ ਸੋ ਇਹਨਾਂ ਦਾ ਬਸ ਨਹੀਂ ਚੱਲਦਾ ਮੌਤ ਨੂੰ ਵੀ ਗਲੇ ਲਾਉਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਨਾ ਕਿਤੇ ਮੌਤ ਵੀ ਨਹੀਂ ਆਈ ਇਹਨਾਂ ਨੂੰ ਮਰਨੋ ਵੀ ਮਲੇ ਵਾਲਿਆਂ ਨੇ ਬਚਾ ਲਿਆ ਕਿਉਂਕਿ ਇਸ ਲੜਕੇ ਨੇ ਆਪਣੀ ਜੀਵਨ ਲੀਲਾ ਸੰਬੰਧ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਪ੍ਰਮਾਤਮਾ ਨੂੰ ਸ਼ਾਇਦ ਕੁਝ ਹੋਰ ਮਜੂਰਾ ਸੋ ਫਿਰ ਇੱਕ ਵਾਰੀ ਬੇਨਤੀ ਕਰਾਂਗੇ ਕਿ ਜੋ ਵੀ ਕੋਈ ਐਨ ਜੀਓ ਤੋਂ ਜਾਂ ਕੋਈ ਵਕੀਲ ਵੀਰ ਭਾਈਚਾਰੇ ਤੋਂ ਕੋਈ ਜੇ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੋਵੇ ਤਾਂ ਉਹ ਇਹਨਾਂ ਨੰਬਰਾਂ ਤੇ ਜਰੂਰ ਸੰਪਰਕ ਕਰੇ ਤਾਂ ਜੋ ਕਿ ਇਸ ਪਰਿਵਾਰ ਦੀ ਜਿਹੜੀ ਆ ਮਦਦ ਕੀਤੀ ਜਾ ਸਕੇ ਸੋ ਅਸੀਂ ਡਿਸਕ੍ਰਿਪਸ਼ਨ ਚ ਵੀ ਨੰਬਰ ਲਿਖ ਦਿੱਤੇ ਨੇ ਤੇ ਸੋ ਪਰਿਵਾਰ ਦੇ ਕੋਲੋਂ ਵੀ ਤੁਸੀਂ ਨੰਬਰ ਸੁਣ ਸਕਦੇ ਹੋ ਇੱਕ ਵਾਰੀ ਵੀਰ ਜੀ ਨੰਬਰ ਜ਼ਰੂਰ ਦੱਸ ਦਿਓ ਜੇ ਕੋਈ ਵੀਰ ਤੁਹਾਡੀ ਮਦਦ ਕਰਨਾ ਚਾਹੁੰਦਾ ਹੋਵੇ ਤਾਂ ਉਹ ਤੁਹਾਡੇ ਨਾਲ رابطہ ਕਾਇਮ ਕਰ ਸਕੇ ਜੀ ਵੀਰੇ ਬਹੁਤ ਮਿਹਰਬਾਨੀ ਜੇ ਕੋਈ ਸਾਡੀ ਮਦਦ ਕਰ ਸਕੇ ਦਾ ਨੰਬਰ 85590 85590 36442 36442 ਸਾਨੂੰ ਵੀਰੇ ਬਸ ਇੱਕ ਇਹ ਵੀ ਮੈਂ ਮੂੰਹ ਦੇ ਮੂੰਹ ਮੈਂ ਮਰਨਾ ਨਹੀਂ ਚਾਹੁੰਦਾ ਮੇਰਾ ਨਿੱਕਾ ਜਿਹਾ ਬੱਚਾ ਵਾ ਪਰ ਹਾਲਾਤ ਐਜੇ ਹੋਏ ਪਏ ਨੇ ਮੈਂ ਕਰਾਂ ਵੀ ਕੀ ਵੱਡੇ ਵੀਰੇ ਮੇਰੇ ਕੋਲ ਬਸ ਨਹੀਂ ਚੱਲਦਾ ਪਿਆ ਮੇਰੇ ਬਸ ਵੀਰੇ ਸੋ ਇਹ ਵੀਰ ਨੇ ਨੰਬਰ ਦੱਸੇ ਨੇ ਆ ਕੰਟੈਕਟ ਜਰੂਰ ਕਰਿਓ ਜੇ ਕੋਈ ਮਦਦ ਕਰਨਾ ਚਾਹੁੰਦਾ ਜੇ ਕੋਈ ਵੀਰ ਕਰ ਸਕਦਾ ਵਾ ਅਸੀਂ ਤਾਂ ਉਮੀਦ ਕਰਦੇ ਹਾਂ ਕਿ ਇਹ ਪਰਿਵਾਰ ਸੁਖੀ ਬਸਦਾ ਰਹੇ ਭੈਣ ਭਰਾਵਾਂ ਦੀ ਜੋੜੀ ਇਸੇ ਤਰ੍ਹਾਂ ਬਣੀ ਰਹੇ ਕੋਈ ਵੀ ਇਹਨਾਂ ਨੂੰ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ ਸੋ ਦੇਖਦੇ ਹਾਂ ਆਉਣ ਵਾਲੇ ਟਾਈਮ 'ਚ ਇਹ ਪਰਿਵਾਰ ਦੇ ਹਾਲਾਤ ਫਿਰ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਕੁਝ ਟਾਈਮ ਬਾਅਦ ਵੀ ਕੁਝ ਸੁਧਰੇ ਨੇ ਜਾਂ ਹੋਰ ਮੰਦੇ ਹੁੰਦੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਸੋ ਵੀਰ ਆਪਣੇ ਵੱਲੋਂ ਵੀ ਪੂਰੀ ਕੋਸ਼ਿਸ਼ ਕਰ ਰਿਹਾ ਅਮੂਮੈਂਟ ਸੈਲਚ ਵੀ ਜਾ ਰਿਹਾ ਥਾਣੇ 'ਚ ਵੀ ਜਾ ਰਿਹਾ ਵੀ ਸ਼ਾਇਦ ਕਿਤੇ ਨਾ ਕਿਤੇ ਇਹ ਭੈਣ ਦਾ ਘਰ ਬਸਾਇਆ ਜਾ ਸਕੇ ਕੈਮਰਾਮੈਨ ਬਲਵੀਰ ਬੰਟੀ ਨਾਨੀ ਰਿਸ਼ਕ ਮਾਰਦੀ ਰਿਪੋਰਟ ਨਿਰਪਖ ਪੋਸਟ ਲੁਧਿਆਣਾ ਪੰਜਾਬ ਅਤੇ ਪੰਜਾਬੀਤ ਨਾਲ ਜੁੜਿਆ ਹਰ ਮੁੱਦਾ ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇਨਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ ਖਬਰ ਦੀ ਨਿਰਪੱਖ ਆਵਾਜ਼ ਵਿਜ਼ਿਟ ਕਰੋ www.nirpakkhpost.com